सारी टीम दे लई साडे वीर नारे दे फादर साहब 200 रुपया सारी टीम लई भेज दे आपां धन्नवाद करदे आं। मेरी बेनती है प्रबंधकों के लिए भी अगलिया टाइया जड़िया पा दतिया जान तलवंडी भाई ते वरिया दी टीमों के दरम्यान मैच शुरू हो जा रहा है। तलवंडी भाई ते वरे दोनों टीमों के दरम्यान मुकाबला जो शुरू हो जा रहा है। वाहेगुरु वाहेगुरु दास नूं हुक्म होया सी संगतां वल्लों भी बाबा जी एक शेर जरूर सुनाओ। असीं उन्हां शहीदां दे नां ते एक शेर बोलन लगे हां। तेरे जहानी कोई होर जगते कीतियां तैं कुर्बानियां भारियां ने। तेरे जहानी कोई होर जगते कीतियां तैं कुर्बानियां भारियां ने। मेरे मालका तेरिया तू जाने खेडां खेडियां जगते न्यारियां ने। जिनू मंगिया ओनू ही व्याह दित्ता पाइया मौत नाल रिश्तेदारियां ने। आलमगीरिया सिरां दी ला बेटा सानू बख्शियां फिर सरदारियां ने। वाहेगुरु जी का खालसा वाहेगुरु जी की फतेह। हां भाई जी कबड्डी ओपन दी जेतू टीम ला के टांगा कदन लगे हां। हर हरक टीम ला के प्लेयर ग्राउंड च पहुंचे जेतू टीमों का एक एक प्लेयर पहुंच जावे। ਧਨੂਰ ਤੇ ਮਾਣੂਕੇ ਦਾ ਮੈਚ ਹੋਣਾ ਹੈ। ਤਿੰਨ ਟੀਮਾਂ ਨੂੰ ਬਾਈ ਦਿੱਤੀ ਗਈ ਹੈ। ਉਹ ਤਿੰਨ ਟੀਮਾਂ ਜਿਹੜੀਆਂ ਸੈਮੀ ਫਾਈਨਲ ਦੇ ਵਿੱਚ ਪਹੁੰਚ ਚੁੱਕੀਆਂ ਹੈ। ਧਨੂਰ ਤੇ ਮਾਣੂਕੇ ਇਹਨਾਂ ਟੀਮਾਂ ਦਾ ਮੈਚ ਕਰਵਾਇਆ ਜਾਵੇਗਾ। ਇੱਕ ਪਾਸੇ ਬਰਿਆਂ ਦੀ ਟੀਮ ਟੈਂਕੀ ਵਾਲੀ ਸਾਈਡ ਤੇ ਦੂਸਰੇ ਪਾਸੇ ਤਲਵੰਡੀ ਭਾਈ ਲਓ ਖੇਡ ਮੈਦਾਨ ਦੇ ਵਿੱਚ ਮੁੱਢਕੀ ਪਿੰਡ ਵਾਲਾ ਮੇਰੇ ਵੀਰੋ ਬੱਬੂ ਕਬੱਡੀ ਪਾ ਰਿਹਾ। ਇਧਰ ਨੌਜਵਾਨ ਛਾਤੀ ਤੇ ਇੱਟਾ ਭਰ ਰਿਹਾ ਦਾ ਵੀ ਜ਼ਰੂਰ ਮਾਨ ਸਨਮਾਨ ਕਰਨਾ ਹੈ। ਮੁੱਢਕੀ ਵਾਲਾ ਬੱਬੂ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ। ਕਹਿੰਦੇ ਭਾਣੇ ਵਾਲਾ ਨੌਜਵਾਨ ਜਿੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਰੇਡਾਂ ਵਿੱਚੋਂ ਰੇਡ ਸੰਦੀਪ ਤੇ ਪਿੰਦਰ ਦੀ ਜਾਫਤਾ ਮੰਨੀ ਜਾਂਦੀ ਖਾਨੋਵਾਲ ਦੇ ਜਿੰਦਰ ਦੀ ਮੰਗਾ ਮਿੱਠਾ ਪੂਰੀ ਆ ਵੀ ਨਹੀਂ ਕਿਸੇ ਤੋਂ ਰੋਕੀ ਦਾ ਤੂਤਾਂ ਦਾ ਗੁਰਜੀਤ ਵੀ ਯਾਰੋ ਰੇਡਰ ਚੋਟੀ ਦਾ ਗੁੱਟ ਨੂੰ ਫੜ ਕੇ ਮਾਰੇ ਕਹਿੰਦੀ ਪ੍ਰੇਮ ਚ ਨੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਲਓ ਇੱਕ ਪਾਸੇ ਗਗਨਾ ਦੂਸਰੇ ਪਾਸੇ ਕਹਿੰਦੇ ਨੌਜਵਾਨ ਗੱਭਰੂ ਰਮਨਾ ਗਗਨੇ ਨਾਲ ਮੁਕਾਬਲਾ ਪਿੰਡ ਮੁੰਡਿਆਂ ਦਾ ਤਲਵੰਡੀ ਗੜਤੀ ਗਰਾਊਂਡਾਂ ਦੇ ਵਿੱਚ ਝੰਡੀ ਇੱਕ ਲਾਲੇ ਦਾ ਭਤੀਜਾ ਦੂਜਾ ਕਹਿੰਦੇ ਪੁੱਤ ਵੀ ਲਾਲਾ ਜਫੇ ਮੁੰਡੇ ਲੈਂਦੇ ਮੇਲਾ ਲੁੱਟ ਵੀ ਲਾਲਾ ਜਫੇ ਮੁੰਡੇ ਲੈਂਦੇ ਮੇਲਾ ਲੁੱਟ ਵੀ ਇਹ ਮੇਲਾ ਲੁੱਟਦੇ ਆ ਕਹਿੰਦੇ ਤਲਵੰਡੀ ਭਾਈ ਦੀ ਧਰਤੀ ਹੈ ਗਗਨੇ ਤੇ ਰਮਨੇ ਦੀ ਜੋੜੀ ਬੜੀ ਮਸ਼ਹੂਰ ਹੈ। ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਹੀਰਾ ਇਸ ਵੇਲੇ ਵਧਾ ਹੋਇਆ चार जाफियां दे विचों वेखदा वी कौन जफा लाउंदा सामने वेखो भी नौजवान गबरू जिंदर दे नाल मुकाबला वरिया दी धरती दा बजी हुई कैंची कि मार सोहणिया कैंची रेडर सुका जावे ना पुत वगाना खिच के लै जांदा पाड़े ते ला वेखदा वी खिच के लै जांदा जां फिर गल वखरी है। बजदा होया पंप है कि दुल्ले दा पंप सुन दा जंप कालू दी भाज भीम दा ताज दिल नूं लुटदे ने कालमा दा गुरविंदर दौधर दा वरिंदर धावी पुठे कर कर सुटदे ने कालमा दा गुरविंदर दौधर दा वरिंदर धावी पुठे कर कर सुटदे ने। भाई जी जिहड़े भाई ने जफा लाया इहनूं सीरे संधु वल्लों 50 रुपये नाल इधर नौजवान ने इट्टा भन्नियां दा भी जरूर मान सम्मान करना है।
अगले मैच दीयां टीमां पलूर ते माणू के गिल ये टीमां जल्दी ना ग्राउंड च आ जाण। पहला सैमीफाइनल मैच दौले वाला ते घल कलां बी ये टीमां दा मैच खेडिया जाणा है। दौले वाला ते घल कलां बी ये मैच पहला होणा माणू के गिल ते पलूर दे मैच तो दौले वाला ते घल कलां दोनों टीमां जल्दी ना ग्राउंड च आ जाण। ਘੱਲ ਕਲਾਂ ਤੇ ਦੌਲੇ ਵਾਲਾ ਇਹ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਘੱਲ ਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਘੱਲ ਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਘੱਲ ਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਮੈਚ ਸਮਾਪਤ ਹੋਣ ਵਾਲਾ ਜਲਦੀ ਨਾਲ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਣ। ਘੱਲ ਕਲਾਂ ਤੇ ਦੌਲੇ ਵਾਲਾ ਲਓ ਇਸੇ ਲਈ ਕਹਿੰਦੇ ਨੌਜਵਾਨ ਗਗਨਾ ਤਲਵੰਡੀ ਭਾਈ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਜੱਫਾ ਗੱਭਰੂਆ ਨਹੀਂ ਉਰੀਸਾ ਤੇਰੀਆਂ ਬਹੁਤ ਤਕੜਾ ਜੱਫਾ ਲਾ ਕੇ ਗਗਨ ਤਲਵੰਡੀ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ। ਬੱਬੂ ਮੁੱਦਗੀ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਇੱਧਰ ਚਾਰ ਜਾਫੀ ਤਿਆਰ ਨੇ ਚਾਹੋ ਦੇ ਵਿੱਚ ਵੇਖਦਾ ਵੀ ਹੁਣ ਕੌਣ ਜੱਫਾ ਲਾਵੇਗਾ। ਭਈ ਫਿਰ ਕਬੱਡੀ ਸੀ ਨੌਜਵਾਨ ਗੱਭਰੂ ਦੀ ਫੜਿਆ ਗੁੱਟ ਭੱਜ ਗਈ ਕੈਂਚੀ ਲਓ ਮੁਕਾਬਲਾ ਸਕਦਾ ਹੈ ਤੇ ਨੌਜਵਾਨ ਮੁੱਦਗੀ ਵਾਲੇ ਗੱਭਰੂ ਦੀ ਮੇਰੇ ਵੀਰੋ ਭਈ ਫਿਰ ਕਬੱਡੀ ਤੇ ਨੌਜਵਾਨ ਬਰਿਆਂ ਵਾਲਾ ਤਕੜਾ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਜੋਧਾ ਇਸੇ ਲਈ ਵਾਧਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਦੌਲੇ ਵਾਲਾ ਤੇ ਘੱਲ ਕਲਾਂ ਜਲਦੀ ਨਾਲ ਇਹ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ ਮੈਚ ਸਮਾਪਤ ਹੋਣ ਵਾਲਾ ਹੈ। ਮੇਰੀ ਬੇਨਤੀ ਹੈ ਦੋਨੋਂ ਟੀਮਾਂ ਨੂੰ ਜਲਦੀ ਨਾਲ ਇਹ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ ਲਓ ਕੁਲਦੀਪ ਨੌਜਵਾਨ ਭਾਂਗਰਾਂ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਯੂਨਾਈਟਡ ਕਬੱਡੀ ਕਲੱਬ ਬਿਨੀਪੈਗ ਦੀ ਟੀਮ ਵੱਲੋਂ ਖੇਡਿਆ ਪਰ ਵੇਖੋ ਸਾਹਮਣੇ ਇਸ ਵੇਲੇ ਜਾਫੀ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਬਹੁਤ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਿਆ ਹੈ ਬਰਿਆਂ ਵਾਲੇ ਗੱਭਰੂ ਨੇ। ਅਗਲੀ ਕਬੱਡੀ ਨੌਜਵਾਨ ਭਾਣੇ ਵਾਲਾ ਜਿੰਦਰ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ। ਚਾਰ ਜਾਫੀ ਵੀ ਤਿਆਰ ਨੇ ਹੁਣ ਵੇਖਦਾ ਵੀ ਚੌਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ। ਇੱਕ ਕੰਨੀ ਤੇ ਨੌਜਵਾਨ ਗਗਨਾ ਦੂਸਰੀ ਕੰਨੀ ਤੇ ਰਮਨਾ ਕਹਿੰਦੇ ਜੋੜੀ ਮਸ਼ਹੂਰ ਹੈ ਇਹਨਾਂ ਗੱਭਰੂਆਂ ਦੀ ਕਿਤੇ ਸ਼ਿੰਦਰੀ ਤੇ ਬਾਜੀ ਦੀ ਜੋੜੀ ਮਸ਼ਹੂਰ ਹੋਈ ਹੈ ਕੁਲਜੀਤੇ ਤੇ ਮੰਗੀ ਦੀ ਜੋੜੀ ਮਸ਼ਹੂਰ ਹੈ ਤੂਤਾਂ ਦੇ ਗੁਰਜੀਤ ਤੇ ਕਹਿੰਦੇ ਵੀ ਸੈਦੋਕੇ ਵਾਲੇ ਮੱਖਣ ਦੀ ਜੋੜੀ ਮਸ਼ਹੂਰ ਹੈ ਤੇ ਸਾਹਮਣੇ ਵੇਖੋ ਵੀ ਇਸ ਵੇਲੇ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਤਲਵੰਡੀ ਭਾਈ ਦੀ ਧਰਤੀ ਦਾ ਰਮਨਾ ਆਪਣੀ ਟੀਮ ਲਈ ਜੋੜ ਗਿਆ। ਮੁੱਦਗੀ ਵਾਲਾ ਬੱਬੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੱਕ ਸਰਬਜੀਤ ਬੱਬੂ ਭੜਾਣੇ ਦਾ ਕਹਿੰਦੇ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਹੈ ਲਓ ਇਸੇ ਲਈ ਪਈ ਹੋਈ ਇਸ ਨੌਜਵਾਨ ਦੀ ਕਬੱਡੀ ਤੇ ਕੌਣ ਜੱਫਾ ਲਾਉਂਦਾ ਲੱਗਿਆ ਹੋਇਆ ਲੱਤੀ ਨੌਜਵਾਨ ਗੱਭਰੂ। ਇੱਕ ਪਾਸੇ ਮੁੱਦਗੀ ਵਾਲਾ ਬੜਾ ਤੇਜ਼ ਤਰਾਰ ਖਿਡਾਰੀ ਹੈ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ। ਅਗਲੀ ਕਬੱਡੀ ਫਿਰ ਪਾਉਣ ਦੇ ਨੌਜਵਾਨ ਵਾਧਾ ਹੋਇਆ। ਦੌਲੇ ਵਾਲਾ ਤੇ ਘੱਲ ਕਲਾਂ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਲਓ ਇਸ ਵੇਲੇ ਕਹਿੰਦੇ ਨੌਜਵਾਨ ਤਲਵੰਡੀ ਭਾਈ ਵਾਲਾ ਗਗਨਾ ਬਹੁਤ ਤਕੜਾ ਜੱਫਾ ਲਾਉਂਦਾ ਹੋਇਆ ਕੈਨੇਡਾ ਦੀ ਓਰੀਜਨਲ ਐਪ ਸਪੋਰਟ ਕਬੱਡੀ ਕਲੱਬ ਨੇ ਚੋਰ ਕੀਤੀ ਇਹਨਾਂ ਭਰਾਵਾਂ ਦੀ ਇਸ ਸਾਲ। ਲਓ ਅਗਲੀ ਕਬੱਡੀ ਕੌਣ ਪਾਵੇਗਾ ਇਸ ਲਈ ਨੌਜਵਾਨ ਤਲਵੰਡੀ ਵਾਲਾ ਹੀਰਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਨੂੰ ਸਾਡੀ ਬਾਰ ਬਾਰ ਬੇਨਤੀ ਹੈ ਮੈਚ ਸਮਾਪਤ ਹੋਣ ਵਾਲਾ ਹੈ ਦੋਨੋਂ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ ਲਓ ਜੋਧਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਜੋਧੇ ਦੀ ਪਈ ਹੋਈ ਕਬੱਡੀ ਉੱਧਰ ਵੇਖਦਾ ਵੀ ਚੌਂ ਜਾਫੀਆਂ ਵਿੱਚੋਂ ਕੌਣ ਜੱਫਾ ਲਾ ਕੇ ਧੰਨ ਧੰਨ ਕਰਵਾਊ ਮਿੱਤਰੋ ਪਈ ਹੋਈ ਕਬੱਡੀ ਤੇ ਕੌਣ ਮੇਰੇ ਵੀਰੋ ਲਾਉਂਦਾ ਜੱਫਾ ਜਾਂ ਫਿਰ ਧਾਵੀ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੈ ਫੈਸਲਾ ਕੀ ਹੈ? ਜਿਹੜਾ ਬੱਬੂ ਨੂੰ ਜੱਫਾ ਲਾਓ ਜੱਗਾ ਸਿੱਧੂ ਕੈਨੇਡਾ ਜੀ ਹੱਥੀ ਸਿੱਧੂ ਕੈਨੇਡਾ ਉਹ ਕਹਿੰਦੇ ਵੀ ਆਪਾਂ 100 ਰੁਪਇਆ ਦੇਵਾਂਗੇ ਭੇਖੇ ਵਾਲੇ ਵੀਰ ਕਹਿੰਦੇ ਵੀ 100 ਰੁਪਇਆ ਦੇਵਾਂਗੇ ਜੱਗਾ ਸਿੱਧੂ ਕੈਨੇਡਾ ਹੱਥੀ ਸਿੱਧੂ ਕੈਨੇਡਾ ਭੇਖੇ ਵਾਲੇ ਵੀਰ 100 ਰੁਪਇਆ ਦੇਣਗੇ। ਤਲਵੰਡੀ ਦੀ ਟੀਮ ਜੇਤੂ ਹੈ ਮਾਣੂ ਕੇ ਗਿੱਲ ਤੇ ਭਲੂਰ ਦੇ ਮੈਚ ਦੀ ਜੇਤੂ ਟੀਮ ਦੇ ਨਾਲ ਤਲਵੰਡੀ ਦੀ ਟੀਮ ਦਾ ਸੈਮੀਫਾਈਨਲ ਮੈਚ ਹੋਵੇਗਾ ਜੋ ਟੀਮ ਮਾਣੂ ਕੇ ਗਿੱਲ ਤੇ ਭਲੂਰ ਦੇ ਮੈਚ ਦੇ ਵਿੱਚ ਜੇਤੂ ਰਹੇਗੀ। ਦੌਲੇ ਵਾਲਾ ਤੇ ਘੱਲ ਕਲਾਂ ਦੀਆਂ ਟੀਮਾਂ ਹਾਲੇ ਤੱਕ ਗਰਾਊਂਡ 'ਚ ਨਹੀਂ ਆਈਆਂ। ਦੌਲੇ ਵਾਲਾ ਤੇ ਘੱਲ ਕਲਾਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ। ਦੌਲੇ ਵਾਲਾ ਤੇ ਘੱਲ ਕਲਾਂ
ਪਹਿਲੇ ਵਾਰਾ ਤੇ ਝਲਕਾਂ ਦੀਆਂ ਟੀਮਾਂ ਨੂੰ ਕੋਲ ਅਸੀਂ ਦੇਰ ਤੋਂ ਬੇਨਤੀ ਕਰ ਰਹੇ ਹਾਂ ਇਹ ਟੀਮਾਂ ਹਲੇ ਤੱਕ ਗਰਾਊਂਡ 'ਚ ਨਹੀਂ ਆਈਆਂ ਮੇਰੀ ਬੇਨਤੀ ਆ ਵੀ ਜਲਦੀ ਨਾਲ ਟੀਮਾਂ ਖੇਡ ਮੈਦਾਨ ਦੇ ਵਿੱਚ ਪਹੁੰਚਣ ਦੌਲੇ ਵਾਲਾ ਤੇ ਝਲਕ ਲਾ मेरी बेनती है दोनों टीमों को जल्दी ना टीम खेल मैदान पहुंचन कल कल के दौले वाला दोनों टीमों चो कोई टीम हले तक ग्राउंड च नहीं आई कल कल के दौले वाला ਹਲਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਹਲਕਲਾਂ ਤੇ ਦੌਲੇ ਵਾਲਾ ਹੈਲੋ ਗੱਬਰ ਸਾਊਂਡ ਨੂੰ ਬੇਨਤੀ ਆ ਵੀ ਸਾਨੂੰ ਲਾਈਟ ਸਟੇਜ ਤੇ ਕੋਈ ਲਾਈਟ ਲਗਾ ਕੇ ਦੇਵੇ ਗੱਬਰ ਸਾਊਂਡ ਹਲਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਨੂੰ ਕੱਟਣ ਜਾ ਰਿਹਾ ਹਲਕਲਾਂ ਤੇ ਦੌਲੇ ਵਾਲਾ ਹਲਕਲਾਂ ਤੇ ਦੌਲੇ ਵਾਲਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਹਲਕਲਾਂ ਤੇ ਦੌਲੇ ਵਾਲਾ ਕਾਲਕਲਾ ਤੇ ਦੌਲੇ ਵਾਲਾ ਮਾਨੂ ਕੇ ਗਿੱਲ ਤੇ ਭਲੂਰ ਇਹ ਚਾਰੇ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਕਾਲਕਲਾ ਤੇ ਦੌਲੇ ਵਾਲਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ सैमीफाइनल मैचों के सौ गवाई जानी है प्रबंधकी कमेटी वालों ये हुक्म है टीमें नोट कर लैन दौले वाला तो ਹਲਕਲਾਂ दीआं टीमां असीं कट्टण जा रहे हैं दौले वाला तो ਹਲਕਲਾਂ लास्ट बेनती है दौले वाले की टीम आ गई है ਹਲਕਲਾਂ की टीम नूं ਹਲਕਲਾਂ की टीम जल्दी ना खेल ग्राउंड के पुज जाए ਹਲਕਲਾਂ की टीम दौले वाला तो ਹਲਕਲਾਂ का मैच खेडा जाना है पहला सैमीफाइनल मैच दौले वाला ते ਹਲਕਲਾਂ दी टीमां नूं मेरी बेनती है भी टीमां जल्दी खेड के मैदान के आ जाण दौले वाला ते ਹਲਕਲਾਂ दी टीमां नूं मेरी बेनती है प्रबंधक वीर कहते भी डगरू वाले सरपंचा का पोता साडा वीर जस्सा डगरू वाला उहदा मान सम्मान किया जाना है वो साडा वीर आके स्टेज के लागे मिले उहदा मान सम्मान किया जाना है नाल ही मोठा कंधारा जी कबड्डी का महान खिडारी है उहदा भी मान सम्मान किया जाना है करमा लोहाम जी वो भी कृपा करके साडे वीर अपने मान सम्मान लै लैन मेरी बेनती है नाल साडे वीर गिंदरी होली नारी होली उन्होंने बेनती है नाल ही बेअंत बघेला जी जो इस नगर का कमेंटेटर है साडा वीर 100 रुपए के मान सम्मान भेजदा आपां उहदा धन्नवाद करते हैं सारे कमेंटरां दे लई बेअंत बघेला जी आपां धन्नवाद करते हैं दोनों टीमां खेडदे मैदान दे विच पुज गईआं ने मेरी बेनती है दौले वाला की टीम आई है ਹਲਕਲਾਂ की टीम नहीं आई तारी भज के हो जाओ मेरे वीर मेरी बेनती है
क्योंकि मैच हाले अपने को चार जो पिंड पद्धर के ओपन के मैच है, एक 65 किलो का मैच है, पांच मैच पे हनेरा जिहड़ा काफी हो जाना है। मेरी बेनती है मैच पूरे कहते टॉप के खेडे जाने हम दौले वाला कलकलों दी टीमों का कहते सिरे का मैच खेडिया जाना है। मेरी बेनती है भी कृपा करके जिहड़ा मैच खेड के मैदान के शुरू कर दिता जाए। रैफरी वीरां नूं बेनती है भी गालब वाले दयालपुरे वाले जिम्मेवारियों सांभिए आप सेबी होनी वीर टीम कल्ला दी नहीं आई, कल्ला दी टीम लखे वर के साडे वीर दोने टीमों के दो दो तीन तीन प्लेयर आए हैं, बाकी टीम कित्थे है मंगल वर्गे कहिंदे भी सिरे दे जाफी है। आपां धन्नवाद करदे हां सारे वीरां दा, कृपा करके टीम समय में समा समझ हनेरा हो जाना। मेरी बेनती है भी मैच जल्दी शुरू करवा दिए क्योंकि सुबह तो लैके कहते भी टॉप के मैच खेडे जा रहे हैं। अगले साल का जिहड़ा नींव पत्थर कहते भी रख दिता गया है, साडे वीरां ने अलार कर दिते है इनाम भी किन्हां ने किन्नी राशि देनी है अगले साल, पूरी बल्ले बल्ले होनी अगले साल भी जिस तरह ऐतकी टॉप के मैच खेडे गए हैं। अगले साल कहते भी पूरा कप कराया जाना टॉप का, टॉप दी टीमां पुजणगी अगले साल भी, जिहड़ा नींव पत्थर साडे वीरां ने रख दिता है जिहड़ियां डेटा ने फिक्स हो जाणगियां। और कुछ समय में कहते भी इस कबड्डी कप ने अगले साल फिर होने का लारा ला के सातों लखां कोहा दूर चलिया जाना है। मैच शुरू करवा दी आप, मेरी बेनती है कलकला वारसी दौले वाला मैच पूरा टॉप का खेडिया जाना है। भलूर के माणू के गिल दी टीम में बेनती करते हैं, भलूर के माणू के गिल नाल जिन्ने मां खेड कबड्डी के बुलारे ने साडे शर्मा जी नाल अर्श गिल उमरियन तो दुनिया का महान बुलारा साडा वीर बोलों का जादूगर अमन लोपो उस वीर का भी धन्यवाद है। मूव स्परे ग्राउंड पहुंचती कर दी जाए माणू के गिल ते भलूर का मैच अगला खेडिया जाना है, माणू के गिल ते भलूर का मैच अगला खेडिया जाना। मेरी बेनती है भी टीमां खेड के मैदान के पुजन कृपा करके मूव स्परे ग्राउंड के दी जाए मूव स्परे। माणू के गिल ते भलूर का मैच अगला खेडिया जाना खेड के मैदान के मैं बेनती करता है भी वो टीम वेटिंग बॉक्स के आके बैठ जाए। माणू के गिल ते भलूर दी टीम बेनती करते हैं भी वो टीम जल्दी जिहड़ियां वेटिंग बॉक्स के बैठन। साडा वीर सतनाम कहिंदा भी मूव दित्ती जावे कृपा करके, आउंदी है वड्डे भाई। हेलो भाई जी, टीमां दे लाल दी शाका सौ खवाओ नूं साडी बेनती है भी जिहड़ा मैच शुरू करवा दिता जाए। टैंकी वाले पासे दौले वाले की टीम है ते कहिंदे भी सोसन वाले पासे जिहड़ी ओ कल्लां दी टीम है आजाद कबड्डी क्लब एडमिंटन कल कला। नाल ही सन्मानयोग शख्सियत संत बाबा बलदेव सिंह जी जोगे वाला और संत बाबा रेशम सिंह जी खुखराने वाले बड़ी कृपा इस इलाके के उपर इन्हां संगतां दे उपर और अपने शुभ हाथों के नाल जो इनाम देने खिडारियों सत्कारयोग संत बाबा बलदेव सिंह जी जोगे वाला और संत बाबा रेशम सिंह जी खुखराने वाले। मैच शुरू करवा दिता जाए मेरी बेनती है, मैच कृपा करके शुरू करवा दिता जाए मेरी हाथ बन के बेनती है क्योंकि मैच पूरा टॉप का खेडिया जाना है। मैच शुरू करवा दिता जाए मेरी हाथ बन के बेनती है, साढ़े बारह तो तेरह का मैच खेडा जाना है, साढ़े बारह मैच जिहड़ा खेड के मैदान के आप शुरू कर जा रहे हैं। एक पासे टीम कहते भी खेड के मैदान के कल्ला भी टीम है, सुख घाली जी उन्होंने कहते भी ना चलूगा वो दुनिया के महान कोच है सुख घाली जी।
और दूजे पास कहते भी दौले वाला पिंड जिहड़ा संत बाबा तुलसीदास जी झुग्गी वाला की धरती है गब्बर की साउंड ते कहंदे बघेले वाले पिंड का ग्राउंड पूरी दुनिया भर के दिखा रहे हैं साडे वीर पंजाब लाइव वन वाले साडे वीर जासूनी हरजीत इंद्रजीत होने का धन्यवाद है गगन नीटे होनी हैप्पी होनी और सामने गल करिए मां खेड कबड्डी की कहते भी कालू कबड्डी पा रहे दौले वाला की धरती का कालू इस वेले कबड्डी पाता हुआ खेड के मैदान के बड़ा कुछ सीखने मिलता इधरों उधरों तुर फिर के मंजिल तक कछू भी पहुंच जाते हैं हौली हौली रिड़ रिड़ के जे गिरे नाल खरगोशों वगारना पैंदा है जे जिंदगी कुछ करना हो मन मारना पैंदा है जे जिंदगी कुछ करना हो मन मारना पैंदा है सामने कहते भी सुख की मां ने दुआ की सी भी रबा दो पुत इहो जे दई भी दुनिया हिला के रख देन कहते भी मां नंगे पैरी चाह पीरां दा रिट्टा खड़गी साधु सिंह हरदासे दे पुत्रां दी गुड्डी अंबरां दे विच चढ़गी साधु सिंह हरदासे दे दोनों पुत्रां दी गुड्डी अंबरां दे विच चढ़गी मंगल सरपंच ने कहते I-20 गड्डी दित्ती सी हरदयाल नूं बड़ा नाम है कहते साधु सिंह हरदासे का दो पुत कबड्डी खेडदे है लो सामने कहते भी बोने वाला कबड्डी पावा हुण दौले वाला की तरफों ते नौजवान कहते भी अंबू कलां दी धरती का सत सत कानवे कहते भी डेट ऑफ बर्थ इस नौजवान खिलाड़ी की कहते भी बड़ी छोटी उम्र का खिलाड़ी है सिरे का बलेर है अंबू कलां दी धरती का लाजफा पॉइंट अपनी टीम ले जोड़ दो या रवि झंडे वाली कहते भी अगली कबड्डी पा रहे हैं सामने आप देखते हैं भी झंडे ने पिंड के रवि की पाई हुई कबड्डी एक पास कहते भी काला दौले वाली है नाल कहते भी सतनाम सिंह है लो सामने देखते हैं भी अमरीक की की हुई कोशिश तो पॉइंट जो रवि झंडे ने पिंड का अपनी टीम ले जोड़ता हुआ खेड के मैदान के विच राती सुती पैनू सी आया सुपना तो सुपने विच ना तू गया किसी को फड़िया वो धरती पट घेले वाला भी नोटा नहीं तेरे उत्ते मी वरिया सुपने तू करके दिखा दे सच रे बदलू तकदीर सीधा गेड़ बन जा कुखो जाए ताई मां आखदी के पुत्ता बस कौड़ी का पलेर बन जा कुखो जाए ताई मां आखदी के पुत्ता बस कौड़ी का पलेर बन जा सोना कहंदे भी कल्ला वाला रिचमंड वाले ने चोण की इस नौजवान खिलाड़ी की और पॉइंट दयालपुरे वाला देव कहंदा भी जाफी आना है कल्ला दी टीम दे हिस्से हैलो संत बाबा बलदेव सिंह जी ते बाबा रेशम सिंह जी साडे घर पहुंच चुके ने सारी कमेटी वालों इन्हां दा बहुत धन्यवाद करदे आं नाल ही साडे जग्गा सिद्धू कनेडा हैप्पी सिद्धू कनेडा ढेखे वाले कहिंदे भी पूरे 100 रुपए दे मान सम्मान भेज दिया पंजाबी बोलन तों खुश होके आपां धन्यवाद करदे आं जग्गा सिद्धू कनेडा हैप्पी सिद्धू कनेडा साडे वीर ढेखे वाले पर कहते भी कनेडा के सफल बिजनेसमैन आप विशेष तौर पर धन्यवाद करते मान सम्मान बड़ा भेजते हैं पंजाबी बोलों तो खुश होकर और बड़ी महान ते सत्कार योग शख्सियत है संत बाबा बलदेव सिंह जी जोगे वाला विशेष तौर पर पुज गए ने लो सामने कहते भी कल्ला वाला सोना ढा के उत्ते बह गया है जिन्हें पठिया वाली रेड़ी लभ के भैया पंड ते बहिंदा हुंदा है ते पॉइंट कहते भी कल्ला भी टीम दे हिस्से है लो सामने हुण देखांगे भी रवि की पाई हुई कबड्डी खेड के मैदान के विच कि जिन्हां घरां दे गरीबी का कहर टुटिया पर अज तू उन्होंने दिन फेरे जिन्हों साइकिल ना कदों नसीब हो दिंदे फिर बोलता ते ओ गेड़े जेड़े दिल्ली जाने नूं तरसते सी लवाते कनेडा अमेरिका वाले उन्होंने टूर तू तेरे सदके जावा कबड्डीए नी करती कईआं घरां दी गरीबी दूर तू तेरे सदके जावा कबड्डीए नी करती कईआं घरां दी गरीबी दूर तू सतनाम सिंह करदा कोशिश कहिंदे भी दौले वाली आ मुंडा विआह दे बंधन दे विच वी बज्झा होइआ है आपां मुबारकबाद दिंदे आ बिल्ले दा दोस्त हांजी हांजी बिल्ले का दोस्त दयालपुरे वाले देव नूं 100 रुपया भेज दिया आप धन्यवाद करते हैं दयालपुरे वाले देव के लिए 100 रुपया भेज दिया बिल्ले का दोस्त आप विशेष तौर पर धन्यवाद करते हैं सामने कहते भी हरदासे वाले सरदार साधु सिंह के सपुत्र की कबड्डी खेड के मैदान के विच ये भी कहते कनेडा बड़ा तगड़ा खेड है तो हरचंद ने कहते बुलेट मोटरसाइकिल दिता सी इस नौजवान खिलाड़ी हुण चार जासी है अमरीक सिंह
ਕਰਦਾ ਕੋਸ਼ਿਸ਼ ਕੋਈ ਪਿਆਰ ਨਾਲ ਵੀ ਆਖਦਾ ਪੁਆਇੰਟ ਪਰ ਕਹਿੰਦੇ ਵੀ ਕੱਲਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਉਹ ਸਾਹਮਣੇ ਕਹਿੰਦੇ ਵੀ ਢੋਨੇ ਵਾਲਾ ਕਬੱਡੀ ਪਾ ਰਿਹਾ ਢੋਨੇ ਵਾਲੇ ਦੀ ਪਾਈ ਹੋਈ ਕਬੱਡੀ ਤੇ ਹੁਣ ਕੌਣ ਕਹਿੰਦੇ ਵੀ ਬੱਲੇ ਬੱਲੇ ਕਰਵਾਉ ਜੱਫਾ ਲਾ ਗਿਆ ਆਪਣੀ ਟੀਮ ਦੇ ਲਈ ਹਾਂਜੀ ਹੈਲੋ ਬਾਈ ਜੀ ਅਗਲੀਆਂ ਟੀਮਾਂ ਮਾਨੂੰ ਕਦੇ ਭਲੋੜ ਦਰ ਕੋਲ ਤਿਆਰ ਰਹਿਣ ਬਾਈ ਜੀ ਮਾਨੂਕੇ ਤੇ ਭਲੂਰ ਦੀਆਂ ਟੀਮਾਂ ਵੋਟਿੰਗ ਬਾਕਸ ਦੇ ਵਿੱਚ ਆ ਜਾਣ ਮਾਨੂਕੇ ਤੇ ਭਲੂਰ ਉਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਮਾਨੂਕੇ ਤੇ ਭਲੂਰ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਅਗਲਾ ਮੈਚ ਉਹਨਾਂ ਟੀਮਾਂ ਦਾ ਖੇਡਿਆ ਜਾ ਰਿਹਾ ਲਓ ਸਾਹਮਣੇ ਕਹਿੰਦੇ ਵੀ ਦੁਧੀਆ ਰੋਸ਼ਨੀ ਦੇ ਵਿੱਚ ਮੈਚ ਖੇਡੇ ਜਾ ਰਹੇ ਆ ਗੱਬਰ ਹੋਣੇ ਨੇ ਕਹਿੰਦੇ ਵੀ ਰੋਸ਼ਨੀ ਦੇ ਵੱਡੇ ਪ੍ਰਬੰਧ ਕਰ ਦਿੱਤੇ ਇੱਕ ਵਾਰੀ ਦਿਨ ਚੜਾਪਾ ਨਾਲ ਸਾਡੇ ਵੀਰ ਹੈਪੀ ਸਿੱਧੂ ਓੜੀ ਵੱਡੇ ਮਾਨ ਸਨਮਾਨ ਦੇਣਗੇ ਵੀ ਕਹਿੰਦੇ ਜੇ ਕੋਈ ਜਾਫੀ ਜੱਫਾ ਲਾਵੇਗਾ ਬੱਲੇ ਬੱਲੇ ਹੋ ਖੇਡਦੇ ਮੈਦਾਨ ਦੇ ਵਿੱਚ ਲਓ ਦੇਖਦੇ ਆ ਵੀ ਜੇ ਇਹ ਕਬੱਡੀ ਤੇ ਜੱਫਾ ਲਾ ਗਿਆ 100 ਦੇਣਾ ਭੇਖੇ ਵਾਲੇ ਕਹਿੰਦੇ ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਨਾਲ ਹੀ ਸਾਡੇ ਵੀਰ ਬਾਈ ਅਵਤਾਰ ਭੋਲੇ ਹੋਣੀ ਚੇਅਰਮੈਨ ਹੈ ਉਹ ਕਹਿੰਦੇ ਵੀ ਆਪਾਂ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਆਪਾਂ ਦਾਨੀ ਵੀਰਾਂ ਦਾ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ 10 ਗਾਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਮਾਨ ਸਨਮਾਨ ਭੇਜੇ ਨੇ ਜੋ ਸਰਿਆ ਕਹਿੰਦੇ ਵੀ ਉਹਨਾਂ ਨੇ ਉਹ ਦਿੱਤਾ ਇਸ ਕਲੱਬ ਦੇ ਲਈ ਅਗਲੇ ਸਾਲ ਵੀ ਬਾਈ ਅਵਤਾਰ ਸਾਨੂੰ ਵੱਡੀ ਆਸਾਂ ਨੇ ਪਰਮਾਤਮਾ ਤੁਹਾਡੇ ਵਿੱਚ ਵੀ ਏਕਤਾ ਬਰਕਰਾਰ ਰੱਖੇ ਹਰ ਇੱਕ ਕਦਮ ਕਹਿੰਦੇ ਵੀ ਇੱਕ ਤੋਂ ਪੁੱਛ ਕੇ ਤੁਰਿਓ ਪਰਮਾਤਮਾ ਤੁਹਾਡੇ ਨਾਲ ਰਹੇਗਾ ਪਰਮਾਤਮਾ ਬਲ ਬਖਸ਼ੇ ਨਾ ਪ੍ਰਬੰਧਕ ਵੀਰਾਂ ਨੂੰ ਮੈਚ ਪੂਰੇ ਟੌਪ ਦੇ ਆਪਣੇ ਇਲਾਕੇ ਦੇ ਵਿੱਚ ਕਹਿ ਰਹੀਏ ਵੀ ਇਹੋ ਜਿਹੇ ਮੈਚ ਕਿਤੇ ਕਿਤੇ ਦੇਖਣ ਨੂੰ ਮਿਲੇ ਆ ਅੱਜ ਕੱਲ੍ਹ ਬਘੇਲੇ ਵਾਲਾ ਨਗਰ ਸਾਰੇ ਨਗਰ ਨੂੰ ਮੁਬਾਰਕਬਾਦ ਹੈ ਔਰ ਪਰਮਾਤਮਾ ਲੰਮੀ ਉਮਰਾਂ ਬਖਸ਼ੇ ਜਿੰਨੇ ਵੀ ਪ੍ਰਬੰਧਕ ਵੀਰ ਹੈ ਕਹਿੰਦੇ ਵੀ ਦਾਨੀ ਵੀਰਾਂ ਦਾ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਗਲੇ ਸਾਲ ਲਈ ਐਲਾਨ ਕਰ ਦਿੱਤਾ ਉਹ ਸਾਹਮਣੇ ਨੌਜਵਾਨ ਕਹਿੰਦੇ ਵੀ ਇਸ ਵੇਲੇ ਕਾਲਾ ਦੌਲੇ ਵਾਲੀ ਆ ਲਾ ਪਕੜਾ ਜੱਫਾ ਬੱਲੇ ਬੱਲੇ ਕਰਵਾਉਣ ਦੀ ਕੋਸ਼ਿਸ਼ ਕਰਦਾ ਆਪਣੀ ਟੀਮ ਦੇ ਲਈ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੌਲੇ ਵਾਲ ਦੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਵੀ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਤੇ ਸ਼ੇਰ ਦੀ ਕਰਦੀ ਹੈ ਮਿੱਤਰੋ ਸ਼ੇਰ ਪੈਦਾ ਜਿਹੜੀ ਧਰਤੀ ਦੇ ਵਿੱਚ ਕਹਿੰਦੇ ਗਿਲ ਹੋਵੇ ਫਸਲ ਹੁੰਦੀ ਹੈ ਉੱਥੋਂ ਫੇਰ ਪੈਦਾ ਚੰਨ ਪੁੰਨਿਆਂ ਦਾ ਰਾਤ ਨੂੰ ਦਿਨ ਚਾੜੇ ਮੱਸਿਆ ਕਰਦੀ ਸਦਾ ਹਰੇਰ ਪੈਦਾ ਤੇ ਜਿਨ੍ਹਾਂ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਉਹਨਾਂ ਦੇ ਹੁੰਦਾ ਹੈ ਪੁੱਤ ਪਲੇਰ ਪੈਦਾ ਜਿਨ੍ਹਾਂ ਮਾਪਿਆਂ ਨੇ ਕੀਤੀ ਹੋਵੇ ਤਪੱਸਿਆ ਉਹਨਾਂ ਦੇ ਹੁੰਦਾ ਹੈ ਪੁੱਤ ਪਲੇਰ ਪੈਦਾ ਕੱਲਾ ਵਾਲੇ ਅੰਬੂ ਦੇ ਕਹਿੰਦੇ ਫਾਦਰ ਸਾਹਿਬ ਨੇ ਵੀ ਜਿਹੜੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਕਰਮੇ ਨੇ ਕਹਿੰਦੇ ਟੌਪ ਦੀ ਕਬੱਡੀ ਖੇਡੀ ਹੈ ਨਾਲ ਹੀ ਨਿਰਮਲ ਨਿੰਮਾ ਚਾਲ ਜੀ ਉਹ ਅਰਸ਼ ਦੇ ਲਈ 100 ਰੁਪਇਆ ਭੇਜਦੇ ਆਪਾਂ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਹੁਣ ਦੇਖਾਂਗੇ ਵੀ ਨੌਜਵਾਨ ਕਾਲੂ ਕਬੱਡੀ ਪਾ ਰਿਹਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਵੀ ਜੇ ਤਾਰੀ ਜੱਫਾ ਲਾਵੇਗਾ ਭੱਲਾ ਵਾਲਾ ਤੇ 100 ਰੁਪਇਆ ਦੇਣਗੇ ਸਾਡੇ ਸਤਿਕਾਰਯੋਗ ਹੈਪੀ ਸਿੱਧੂ ਭੇਖੇ ਵਾਲੇ ਨਾਲ ਜੱਗਾ ਸਿੱਧੂ ਭੇਖੇ ਵਾਲੇ ਕੈਨੇਡਾ ਦੇ ਵਿੱਚ ਰਹਿੰਦੇ ਆ ਕਹਿੰਦੇ ਵੀ ਜੇ ਭੱਲਾ ਵਾਲਾ ਤਾਰੀ ਜੱਫਾ ਲਾਵੇ ਤੇ ਫਿਰ 100 ਰੁਪਇਆ ਦੇਵਾਂਗੇ ਲਓ ਸਾਹਮਣੇ ਦੇਖਦੇ ਵੀ ਕਾਲੂ ਦੀ ਪਾਈ ਹੋਈ ਕਬੱਡੀ ਤੇ ਹੁਣ 4 ਜਾਫੀ ਇੱਕ ਪਾਸੇ ਕਹਿੰਦੇ ਵੀ ਮੰਗਲ ਹੈ ਭੱਲਾ ਵਾਲਾ ਲੈ ਵੀ ਸਾਹਮਣੇ ਆਹ ਨੌਜਵਾਨ ਦੇ ਕਹਿੰਦੇ ਫਾਦਰ ਸਾਹਿਬ ਟਰੱਕ ਯੂਨੀਅਨ ਦੇ ਪ੍ਰਧਾਨ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਸੀ ਦੇਵ ਸਿੰਘ ਪ੍ਰਧਾਨ ਦਾ ਪੁੱਤ ਕੋਸ਼ਿਸ਼ ਕਰਦਾ ਤੇ ਕਹਿੰਦੇ ਦੁਨੀਆ ਵਾਲੇ ਦੇ ਕੇਵਲ ਨੇ ਚੋਣ ਕੀਤੀ ਹੈ ਹੇਜ ਕਬੱਡੀ ਕਲੱਬ ਵੱਲੋਂ ਇੰਗਲੈਂਡ ਖੇਡਣਾ ਹੈ ਕੀ ਕਹਿੰਦੇ ਵੀ ਕੱਲਾ ਵਾਲੇ ਮੰਗਲ ਸਿੰਘ ਨੇ ਲਓ ਸਾਹਮਣੇ ਦੇਖਦੇ ਆ ਵੀ ਹੁਣ ਹਰਦਾਸੇ ਵਾਲਾ ਸੁੱਖ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਿ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿੱਪ ਤਿੱਪ ਚੋਵੇ ਮੁੜਕਾ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿੱਪ ਤਿੱਪ ਚੋਵੇ ਮੁੜਕਾ ਲਓ ਸਾਹਮਣੇ ਦੇਖਦੇ ਆ ਵੀ ਪੱਟਾਂ ਦੇ ਨਾਲ ਪੱਕ ਨੇ ਖਾਂਦੇ ਦੌਰਿਆਂ ਨੂੰ ਯਾਰ ਹੱਥ ਨਹੀਂ ਪੈਂਦੇ ਰੱਬ ਨੇ ਦਿੱਤੀ ਛਾਤੀ ਦੇ ਵਿੱਚ ਅੰਨੀ ਜਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਕਿੱਥੋਂ ਦਾ ਭਲਵਾਨ ਨਾਲ ਹੀ ਮੇਰੀ ਬੇਨਤੀ ਹੈ ਹਾਂ ਬਾਈ ਜੀ ਭਲੂਰ ਤੇ ਮਾਲੂਕੇ ਵੋਟਿੰਗ ਬਾਕਸ ਚ ਆ ਜਾਣ ਜੀ ਭਲੂਰ ਤੇ ਮਾਲੂਕੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਹੈ ਭਲੂਰ ਤੇ ਮਾਲੂਕੇ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਲਓ ਸਾਹਮਣੇ ਕਹਿੰਦੇ ਵੀ ਕੱਲਾ ਵਾਲੇ ਸੋਨੇ ਨੇ ਟਰਾਈ ਕੀਤੀ ਹੈ ਇਹ ਮੁੰਡੇ ਦੀ ਕਹਿੰਦੇ ਵੀ ਚੋਣ ਰਿਚਮੰਡ ਵਾਲਿਆਂ ਨੇ ਕੀਤੀ ਹੈ ਕੈਨੇਡਾ ਖੇਡਣਾ ਕੱਲਾ ਵਾਲੇ ਸੋਨੇ ਨੇ ਸੁਖਦੇਵ ਸਿੰਘ ਦਾ ਸੁਪੁੱਤਰ ਹੈ ਪਰ ਪੁਆਇੰਟ ਜਿਹੜਾ ਰੇਡਰ ਦੇ ਉਸੇ ਲਓ ਰਵੀ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਰਵੀ ਨੌਜਵਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਸੋਕਾ ਵਾਧਾ ਨਹੀਂ ਕਰੀਦਾ ਐਵੇਂ ਤਾਰੇ ਤੋੜਨ ਦਾ ਛਾਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਬੰਦੇ ਜਿਹੜੇ ਨੇ ਲਫੰਗੇ ਜਦੋਂ ਪੈ ਜਾਣ ਪੰਗੇ ਤੇ ਭੱਜ ਭੱਜ ਵੜਦੇ ਅੰਦਰ ਨੂੰ ਚਲੋ ਨੀ ਸਹੀ ਰੋਵਣ ਚੱਲੀਏ ਮੇਰੇ ਪੁੱਤ ਸਿਕੰਦਰ ਨੂੰ ਕਰਮਾ ਲੋਹਾਮ ਜੀ ਉਹ ਸਟੇਜ ਦੇ ਲਾਗੇ ਆ ਜਾਣ ਕਰਮਾ ਲੋਹਾਮ ਜੀ ਤੇ ਡਗਰੂ ਵਾਲੇ ਕਹਿੰਦੇ ਵੀ ਰੋਦੂ ਸਿੰਘ ਸਰਪੰਚ ਦਾ ਸਪੁੱਤਰ ਜੱਸਾ ਡਗਰੂ ਵਾਲਾ ਉਹ ਵੀ ਸਾਡਾ ਵੀਰ ਆਪਣੇ ਸਨਮਾਨ ਚ ਲੈ ਲਵੇ ਮੇਰੀ ਬੇਨਤੀ ਹੈ ਇਹਦੇ ਵਿੱਚੋਂ ਦੱਸਦੇ ਆ ਢੱਲਾਂ ਦੀ ਟੀਮ ਜੇਤੂ ਰਹੀ ਹੈ ਇਸ ਮੈਚ ਦੇ ਵਿੱਚੋਂ
ਕੱਲਾਂ ਦੀ ਟੀਮ ਜੇਤੂ ਰਹੀ ਹੈ ਮੇਰੀ ਬੇਨਤੀ ਹੈ ਆਓ ਜੀ ਅਗਲੇ ਮੈਚਾਂ ਦੇ ਲਈ ਮਾਨੂ ਕੇ ਗਿੱਲ ਤੇ ਭਲੂਰ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ ਲੋਹਾਮਾ ਵਾਲਾ ਕਰਮਾ ਆਪਣਾ ਮਾਨ ਸਨਮਾਨ ਲੈ ਲਵੇ ਨਾਲ ਡਗਰੂ ਵਾਲਾ ਜੱਸਾ ਉਹ ਵੀ ਆਪਣੇ ਮਾਨ ਸਨਮਾਨ ਲੈ ਲਵੇ ਆਪਣੇ ਬੋਲਾਂ ਵੀ ਹੁਣ ਨਾਲ ਹੀ ਸਾਡੇ ਵੀਰ ਅਮਨ ਲੋਕੋ ਵਾਲਾ ਕਹਿੰਦੇ ਵੀ ਮਾਈਕ ਤੇ ਜੋ ਬੋਲ ਬੋਲੇਗਾ ਤੂੰ ਇੱਕ ਮਿੰਟ ਲੈ ਸੁਖਮੰਦਰ ਸਿੰਘ ਫੌਜੀ ਜਿਹਦਾ ਮੁੰਡਾ ਗਗਨ ਬਗਿੱਲ ਤੋਂ ਖੇਡਿਆ ਹਾਂਜੀ ਉਹ ਮੇਰੀ ਕਮੇਟੀ ਦੇ ਖੁਸ਼ ਹੋ ਕੇ ਸੁਖਮੰਦਰ ਸਿੰਘ ਜੀ ਫੌਜੀ ਜੋ ਸਾਡਾ ਵੀਰ ਗਗਨ सुखमंदर सिंह जी चहल साहब और सपुत्र कहते भी गगन कबड्डी भी खेड रहे सिरे का प्लेयर है वो फादर साहब 100 रुपए के मान सम्मान भेजते हैं पंजाबी बोलों को खुश हो गए आप धन्यवाद करते हैं परमात्मा लंबी उम्र बख्शे हाँ जी भाई जी कर दो जल्दी जल्दी मैच स्टार्ट जी शम्मी माले वाले का गुरजीत माड़ी वाले का विशेष तौर पर मान सम्मान किया जाएगा निर्मल निम्मा जी प्रधान साहब चाल साहब उन्होंने वालों अर्श के लिए बाबा जी पानी वाले 100 रुपये के मान सम्मान पुजे है एक पास टीम जी मेरे भी जो पुज गई है भलूर की वो टीम है टेंकी वाली साइड से दूसरे पास टीम कहते मानो कि गिल पिंड के अंदर तहक उस कोटले का बहुत तकड़ा मैं पॉइंट अपनी टीम लिए जोड़ता है सत्ता मानो के वाला कहते अगली कबड्डी पाउण के लिए खेड मैदान मेरे भी जो बधा हुए हैं मानू के गिल पिंड बड़ा मशहूर पिंड है गुरलाल होरां दी बहुत वड्डी देण है मार्केट कबड्डी नू लो सत्ते दी पई हुई कबड्डी ते कहंदे राजियाने दा कालू है इसलिए पूरी कोशिश करदा है उधर कहंदे मान सम्मान कीता जाणा है लोहां पिंड दे बराड परिवार दे करमे दा भावां तों वध के प्यार है भगेले दे गिंदरी दे नाल विशेष तौर ते कहंदे करमे बराड दा मान सम्मान कीता जाणा है उथे गुरजीत माड़ी वाले का शम्मी माले वाले का भी विशेष तौर पर मान सम्मान जिहड़े मेरे वीर किए जा रहे हैं इधर भलूर पिंड का नौजवान कोना खेड मैदान कबड्डी पा रहा है विनय फोटो वाला स्टेज पर पहुंचे जी जिथे भी आ विनय फोटो मेरी बेनती है फाइनल मैच दीआं टीमां कबड्डी 65 किलो के फाइनल मैच दीआं टीमां जल्दी ना खेड मैदान पुजन लो गेला मल्ले आने का कोशिश करता पॉइंट धावी का जेतू टीम का तलवंडी भाई की टीम के सैमीफाइनल मैच खेडा जाना है उस तो पहला कबड्डी 65 किलो के फाइनल मैच दी टीम जीडिया पुजन लो इसलिए इकबाल सिंह मानू के गिल वाला हेलो स्टूडियो स्टेज को पहुंचे इकबाल की पई हुई कबड्डी लो इसलिए कहने लग्या हाँ लत्ती नौजन मारी हुई मोटिया पट्टा खिच मुकाबला स्वागत है दोनों गभरों के दरम्यान मेरे वीरो अड्डी चोटी का जोर लगन वाली गल है लो वेखो सामने इसलिए बड़े भाई विनय डिजिटल स्टूडियो जिते भी हो गए स्टेज के सामने पूजा भी विनय डिजिटल स्टूडियो वाला सा वीर स्टेज के सामने अगली कबड्डी पाने के लिए निर्धारित उसे कोटले वाला फिर खेल मैदान नौजवान गभरू बधा हुआ मेरी बेनती है 65 किलो के फाइनल मैच दोनों टीम जल्दी ना खेल मैदान पुजन पर निर्धारित की पई हुई कबड्डी है खोसा कोटला पिंड है कहने कैलतूर का पिंड है याद कबड्डी क्लब वाले का निर्धारित बहुत तकड़ा पॉइंट अपनी टीम लिए जोड़ता है मानुके का जीवन अगली कबड्डी पाने के लिए बाधा हुआ कबड्डी 65 किलो इस वे करमा लोहाम पिंड का दुनिया के कहने वधिया खिडारी है संत बाबा बलदेव सिंह जी जोगी वाला संत बाबा रेशम सिंह जी खुखराने वाले जिन्होंने मुबारक हथा के नाल
ਕਰਮ ਲੋਹਾਮ ਦੇ ਸਨਮਾਨ ਹੋ ਰਹੇ ਨੇ ਨਾਲ ਹੀ ਮੂਠਾ ਕਟਾਰੇ ਪਿੰਡ ਵਾਲਾ ਉਹ ਵੀ ਆ ਜਾਵੇ ਉਧਰ ਪਾਸ ਸਨਮਾਨ ਜੱਸਾ ਸਾਡਾ ਵੀਰ ਹੈ ਡਗਰੂ ਪਿੰਡ ਦਾ ਇਸ ਦਾ ਵੀ ਵਿਸ਼ੇਸ਼ ਸਨਮਾਨ ਹੋਊਗਾ ਸਮੁੱਚਾ ਕਲੱਬ ਵਧਾਈ ਦਾ ਪਾਤਰ ਹੈ ਇਸ ਵੇਲੇ ਵੱਡੇ ਆਸ਼ੀਰਵਾਦ ਵੀ ਬਖਸ਼ੇ ਜਾ ਰਹੇ ਨੇ ਯਾਦਗਾਰੀ ਤਸਵੀਰ ਵੀ ਹੋ ਰਹੀ ਹੈ ਮੋਠਾ ਘਮਿਆਰਾ ਦਾ ਘਮਿਆਰੇ ਪਿੰਡ ਦਾ ਵੀ ਆਵੇ ਜੀ ਮੋਠਾ ਘਮਿਆਰੇ ਪਿੰਡ ਦਾ ਵੀ ਆਵੇ ਅਵਲੀਅਲ ਮਾਈਕ ਤੇ ਅਮਨ ਜੀ ਉਧਰ ਕਹਿੰਦੇ ਲੋਹਾਮਾ ਵਾਲੇ ਕਰਮੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜਿਹੜਾ ਨੌਜਵਾਨ ਕੈਨੇਡਾ ਦੇ ਫਰੀਜ਼ਰ ਵੈਲੀ ਕਬੱਡੀ ਕਲੱਬ ਵੱਲੋਂ ਖੇਡਿਆ ਗਿੰਦਰੀ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਮੋਠੇ ਘਮਿਆਰੇ ਵਾਲੇ ਦਾ ਡਗਰੂ ਦੇ ਜੱਸੇ ਦਾ ਕਹਿੰਦੇ ਮਾੜੀ ਦੇ ਗੁਰਜੀਤ ਦਾ ਸ਼ੰਮੇ ਵਰਗੇ ਪਲੇਅਰਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੈ ਇਧਰ ਸੱਤੇ ਤੇ ਕਹਿੰਦੇ ਕਾਲੂ ਦਾ ਮੁਕਾਬਲਾ ਖੇਡ ਮੈਦਾਨ ਦੇ ਦਰਮਿਆਨ ਐਨ ਸਖਤਾ ਤੇ ਸੱਤਾ ਮਾਣੂਕੇ ਦਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਕਿ ਹੱਥ ਛੇਤੀ ਨਹੀਂ ਧਰਾਉਂਦਾ ਲੋਕੋ ਮਾਣੂਕੇ ਦਾ ਸੱਤਾ ਅਗਲੀ ਕਬੱਡੀ ਪਾਉਣ ਲਈ ਨਿਰਭੈ ਖੋਸੇ ਕੋਟਲੇ ਵਾਲਾ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਵਿੱਚੋਂ ਵੇਖਦਾ ਵੀ ਕੌਣ ਗੱਭਰੂ ਲਾਵੇਗਾ ਜੱਫਾ 65 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਪਹੁੰਚਣ ਨਾਲ ਹੀ ਸ਼ਮਾ ਇਸ ਵੇਲੇ ਮਾਲੇ ਪਿੰਡ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਜੀ ਸਾਡੇ ਸੰਤਾਂ ਮਹਾਂਪੁਰਸ਼ਾਂ ਦੇ ਮੁਬਾਰਕ ਹੱਥਾਂ ਦੇ ਨਾਲ ਨਾਲ ਹੀ ਗੁਰਜੀਤ ਸਾਹਿਬ ਵੀ ਮਾਰੀ ਪਿੰਡ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਜੀ ਖਿਡਾਰੀਆਂ ਦਾ ਪੰਜਾਬ ਦੇ ਗੱਲ ਲਈ ਪ੍ਰਸਿੱਧ ਖਿਡਾਰੀ ਇਸ ਧਰਤੀ ਤੇ ਦੇਖਣ ਨੂੰ ਮਿਲੇ ਆਪਾਂ ਨੂੰ ਮੁਕਾਬਲੇ ਵੀ ਦੇਖਣ ਨੂੰ ਮਿਲੇ ਨਾਲ ਹੀ ਅਗਲੀ ਗੱਲ ਮਾਈਕ ਤੇ ਸਾਡੇ ਬਾਈ ਜੀ ਨਾ ਉਸ ਵੇਲੇ ਕਹਿੰਦੇ ਭਾਈ ਫਿਰ ਕਬੱਡੀ ਭਲੂਰ ਪਿੰਡ ਦੇ ਨੌਜਵਾਨ ਗੱਭਰੂ ਕੋਹਨੀ ਦੀ ਹੈ ਚਾਰ ਜਾਫੀਆਂ ਵਿੱਚੋਂ ਨੌਜਵਾਨ ਨੇ ਪੁੱਠੀ ਪਾਉਣ ਦੀ ਟਰਾਈ ਕੀਤੀ ਹੈ ਪਰ ਸਫਲਤਾ ਇਸ ਵੇਲੇ ਭਾਵੀ ਦੇ ਕਦਮ ਚੁੰਮ ਰਹੀ ਹੈ ਕੋਹਨਾ ਭਲੂਰ ਵਾਲਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜ ਗਿਆ ਮੇਰੀ ਬੇਨਤੀ ਹੈ 65 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਚੱਲਦੇ ਮੈਚ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਪਹੁੰਚਣ ਲਓ ਇਸ ਲਈ ਕਹਿੰਦੇ ਪੂਰੀ ਟਰਾਈ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਵਾਨ ਗੱਭਰੂ ਇਸ ਲਈ ਬੂਟਾ ਤੇ ਪੁਆਇੰਟ ਇਕਬਾਲ ਸਿੰਘ ਮਾਣੂ ਤੇ ਗਿੱਲ ਪਿੰਡ ਦਾ ਆਪਣੀ ਟੀਮ ਲਈ ਜੋੜਦਾ ਹੈ ਤਲਵੰਡੀ ਭਾਈ ਦੀ ਟੀਮ ਵੀ ਸੈਮੀਫਾਈਨਲ ਮੈਚ ਦੇ ਲਈ ਜਲਦੀ ਨਾਲ ਗਰਾਊਂਡ 'ਚ ਆ ਜਾਏ ਤਲਵੰਡੀ ਭਾਈ ਤੇ ਜੇਤੂ ਟੀਮ ਦਾ ਸੈਮੀਫਾਈਨਲ ਮੈਚ ਹੋ ਰਿਹਾ 65 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਵੀ ਪਹੁੰਚਣ ਢਲ ਕਲਾਂ ਦੀ ਟੀਮ ਕਹਿੰਦੇ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਨਰਭੈ ਖੋਸੇ ਕੋਟਲੇ ਵਾਲਾ ਕਬੱਡੀ ਪਾ ਰਿਹਾ ਲਓ ਗੇਲਾ ਮੱਲਿਆਂ ਨੇ ਪਿੰਡ ਦਾ ਪੂਰੀ ਕੋਸ਼ਿਸ਼ ਕਰਦਾ ਤੇ ਨਰਭੈ ਖੋਸੇ ਕੋਟਲੇ ਦਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਮਾਣੂਕੇ ਵਾਲਾ ਜੀਵਨ ਵਧਿਆ ਹੋਇਆ ਮੇਰੇ ਵੀਰ ਲਓ ਜੀਵਨ ਦੀ ਪਈ ਹੋਈ ਕਬੱਡੀ ਤੇ ਚੌਂ ਜਾਫੀਆਂ ਵਿੱਚੋਂ ਕੌਣ ਜੱਸਾ ਲਾ ਕੇ ਧੰਨ ਧਰ ਕਰਵਾਊ ਮੇਤੋਂ ਪਰ ਜੀਵਨ ਕਹਿੰਦੇ ਨੌਜਵਾਨ ਬੜਾ ਤੇਜ਼ ਤਰਾਰ ਹੈ ਬੜਾ ਫਰਤੀਲਾ ਜੋਸ਼ੀਲਾ ਖਿਡਾਰੀ ਹੈ ਲਓ ਜੀਵਨ ਮਾਣੂਕੇ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਨੌਜਵਾਨ ਘੂਨਾ ਭਲੂਰ ਦਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ ਲਓ ਭਲੂਰ ਵਾਲੇ ਦੀ ਪਈ ਹੋਈ ਕਬੱਡੀ ਚ ਵੇਖਦੇ ਵੀ ਕਿਹੋ ਜਿਹੀ ਗੱਲ ਆਉਂਦੀ ਹੈ ਬੋਲਿਆ ਹੋਇਆ ਧਾਵਾ ਨੌਜਵਾਨ ਖਿਡਾਰੀ ਦਾ ਲਓ ਜੱਸ ਦਾ ਮੁਕਾਬਲਾ ਮੇਰੇ ਵੀਰੋ ਜੱਸ ਨੌਜਵਾਨ ਤੇ ਦੂਸਰੇ ਪਾਸੇ ਘੂਨਾ ਤੇ ਪੁਆਇੰਟ ਕਹਿੰਦੇ ਘੂਨੇ ਭਲੂਰ ਵਾਲੇ ਦਾ ਇਕਬਾਲ ਮਾਣੂਕੇ ਗਿੱਲਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਨੌਜਵਾਨ ਗੱਭਰੂ ਇਸ ਲਈ ਇਕਬਾਲ ਮਾਣੂਕੇ ਗਿੱਲਾਂ ਦਾ 65 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਨਾਲ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪਹੁੰਚਣ ਕਬੱਡੀ 65 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ ਲਓ ਇਕਬਾਲ ਮਾਣੂਕੇ ਗਿੱਲਾਂ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਨਰਭੈ ਖੋਸੇ ਕੋਟਲੇ ਵਾਲਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀਆਂ ਦੀ ਖਿੱਚੀ ਹੋਈ ਤਿਆਰੀ ਹੈ ਹੁਣ ਬੋਲਿਓ ਧਾਵੀ ਨੂੰ ਕੌਣ ਠੱਲ ਪਾਉਂਦਾ ਗੱਲ ਸਮੇਂ ਦੀ ਹੈ ਨੌਜਵਾਨ ਨਰਭੈ ਦੀ ਪਾਈ ਹੋਈ ਕਬੱਡੀ ਲਓ ਵੇਖਦਾ ਵੀ ਘੁੰਮਦੀ ਹੋਈ ਚੈਨ ਤੇ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਖੋਸੇ ਕੋਟਲੇ ਦੇ ਨਰਭੈ ਦਾ ਭਲੂਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਭਲੂਰ ਤੇ ਤਲਵੰਡੀ ਭਾਈ ਦਾ ਮੈਚ ਹੋਣਾ ਹੈ ਸੈਮੀਫਾਈਨਲ ਮੈਚ ਇਹ ਟੀਮਾਂ ਤਿਆਰ ਰਹਿਣ 65 ਕਿਲੋ ਦੇ ਫਾਈਨਲ ਮੈਚ ਦੀਆਂ ਟੀਮਾਂ ਨੂੰ ਕਿੰਨੀ ਦੇਰ ਤੋਂ ਬੇਨਤੀ ਕਰ ਰਹੇ ਹੈ ਦੋਨਾਂ ਟੀਮਾਂ ਦੇ ਵਿੱਚੋਂ ਹਲੇ ਕੋਈ ਵੀ ਟੀਮ ਨਹੀਂ ਪੁੱਜੀ 65 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਪੁੱਜਣ ਕਬੱਡੀ 65 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਕਬੱਡੀ 65 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਨਾਲ ਟੀਮਾਂ ਪੁੱਜਣ ਭਲੂਰ ਤੇ ਤਲਵੰਡੀ 2 ਮਿੰਟ ਦੇ ਵਿੱਚ ਭਲੂਰ ਦੀ ਟੀਮ ਗਰਾਊਂਡ 'ਚ ਆਉਣੀ ਚਾਹੀਦੀ ਹੈ ਤਲਵੰਡੀ ਤੇ ਭਲੂਰ ਦਾ ਮੈਚ ਹੋਣਾ 2 ਮਿੰਟ ਦਾ ਸਮਾਂ ਭਲੂਰ ਦੀ ਟੀਮ ਨੂੰ
तलवंडी की टीम जल्दी ना खेड मैदान पुज जाए। तलवंडी की टीम भलूर ते मेरे वीर तलवंडी का सैमीफाइनल मैच खेडा जाना है। 65 किलो के फाइनल मैच दिया दोनों टीम पुजन, 65 किलो के फाइनल मैच दिया दोनों टीम। नाल ही समुचे क्लब नू बड़ा सहयोग है विनय डिजिटल स्टूडियो बंगेला जी। आप धन्यवाद करते इस वीर का। 65 किलो के फाइनल मैच दिया दोनों टीम पुजन, 65 किलो के फाइनल मैच दिया दोनों टीम पुजन, 65 किलो के फाइनल मैच दिया दोनों टीम जल्दी ना खेड ग्राउंड पुजन। कबड्डी 65 किलो के फाइनल मैच दिया दोनों टीम। गिंदरी बघेले वाला कि मैं संपर्क कर लगे गिंदरी बघेला। हाँ जी भाई जी 65 किलो वाली टीम भाई जल्दी आओ ग्राउंड च, 12:30 इन्हों का टाइम होगा। मेरी बेनती है 65 किलो के फाइनल मैच दिया दोनों टीम जल्दी ना ग्राउंड च पुजन, 65 किलो के फाइनल मैच दिया। तलवंडी ते भलूर ये भी टीम के प्लेयर जल्दी ना ग्राउंड जा जान। तलवंडी ते भलूर नाल ही साढ़े साउंड वाले बाबा जी नूं बेनती है इलैक्ट्रिक बंद ने, बेनती है गब्बर साउंड वाले नूं भी एक लाइट बंद ऑन कर दिती जाए, दो लाइटा बंद आ। सलीणे की टीम पुज चुकी है, बघेले की टीम जल्दी ना खेड मैदान पुजे। बघेले की टीम हेलो बघेले वाला गिंदरी साडा वीर है, कृपा करके लोपो वाले अमन नूं मिल लवे, साडी बेनती है। ग्राउंड दे विच बघेले वाला गिंदरी साडा वीर है, वह लोपो वाले अमन नूं मिल लवे, मेरी बेनती है। हाँ जी भाई कड़ी टीम नहीं पहुंची, हाँ भाई बघेले वाले कित्थे आ, हाँ भाई आ गई टीम जल्दी जल्दी बड़े भी मैच स्टार्ट कराओ यार, इन्हें 10:30 नाल ही इस वेले मुकाबला फाइनल मुकाबला खेडिया जाएगा खेड मैदान भाई। तलवंडी भाई के भलूर भी भाई मेरे को तैयार रहे जी, तलवंडी भाई के भलूर टीमों का इंतजार हो रहा है, देखते हैं भी खेड मैदान फाइनल मुकाबला। एक पास सलीणे की टीम है गवांडी नगर है, एक पास मेजबान नगर बघेले की टीम है जी। जेकर कह लीजिए बघेले की टीम फर्स्ट आती है NRI वीरां वालों बड़ा सहयोग दिता जाएगा, आप धन्यवाद करांगे NRI वीरां दा। साडे जस्से हुणी कनेडा दे विच बैठे ने, साडे कश्मीर सिंह सिद्धू हुणी कनेडा विच, साडे वीर हां जी भाई जी करो जल्दी जल्दी मैच स्टार्ट, जानते हुणी विशेष तौर पर जुड़े हुए ने, आप धन्यवाद करते हैं। नाल ही गिंदरी सत्कारयोग वीर है इसे नगर का मान नारा मिल भी उस धरती का, कह लिए फाइनल मुकाबला खेडा जाएगा मेजबान नगर है। पहली कबड्डी नॉर्थ देखते हैं भी भाई सरदूल स्टेज ते मिले यार, नाल ही इस वे निक्का मंगे पिंड वाला कह लिए ला हल्का टच एक अंक का वाधा करता हुआ अगली कबड्डी सलेने पिंड का मेरे भी धन्ना फर तैयारी खेड मैदान कबड्डी है। बड़े भाई नाल ही SP धन्ने की पाई हुई कबड्डी है, देखते भी बूटा सदा सिंह वाले पिंड का पूरी कोशिश करता है पर जफा नहीं ला सकिया। नाल ही सेबी दाते पिंड वाला फैसले अटल मने जाने ने,
एक पास देखते भी मेजबान नगर है इस वे मंगे ने कबड्डी पा दी है देखते हैं भी निका मंगे पिंड का कबड्डी पाता है चार जाफी ने सलेने पिंड से पाई हुई कबड्डी है कि जिमां दे विच जाके मुंडे मसल बनाते हैं देशों के विदेशों के धुम्मा पाते हैं कि बिच ग्राउंड करते देखे कई कमाल भाई कि बिच स्टारा ना आता है मेहनत नाल भी वाकई मेहनत करनी पैंदी है कह लिए कोचा दी मारा सहनिया पैंदियां ने एक पास नौकरी कह लिए सुख ने कबड्डी पा दी है करी भी सिफत नौजवान लो नजबन सलीने पिंड वाला अगली कबड्डी पाउण दे लई वादा होया ऐ समय नजबन बघेले वाला कि किथे आके करमा ने दिती हार भी करिया चनाचू मैनू ला दे पार भी पांड जिहड़ा सलीने दी टीम दे हिस्से जुड़दा होया अगली कबड्डी नजबन इसे पिंड वाला पाउण दे लई वादा होया कि टेंदे देश नू जदों नहीं सी सहारा कोई उदो पिता देश तो वारिया मैं माता गुजरी सरहंद दे विच गुजरी समा गुजरिया जिवें तलबंडी भाई ते पलूर दीआं टीमां भी अगले मैच दे लई पुछण लओ नजबण तन्ना सलीने दी धरती दा अगली कबड्डी पाउण दे लई वादा होया कि सलीने वाला तन्ना यार ओह कौडी जदों पाउंदा ए लै के पॉइंट फिर नचदा ही आउंदा ए इक पासे नजबण बूटा नजबण कहिंदे भी सादा सिंह वाले दी धरती दा वाह तेरे नजबाना पर जेड़ा बूटा बघेले दी टीम दे हिस्से जोड़दा होया अगली कबड्डी निक्के ने पा दी है जद्दी पिंड नौजवान दा मंगा मेरे भी रसले निक्के दी पाई हुई कबड्डी है चार जाफी ने देखदा भी पकड़ी जफा राउगा ते लोकन सिंह मलिया भांजे ने 50 रुपए नाल बड़े मान भी ने साडा सत्कार जो कि वीर है निर्मल चाहल निम्मा साडा वीर है नाल ही साडे भोला बराड़ जी सत्कार जोग ने साडे गिदरे होनी हैप्पी होनी आपां धन्नवाद करदे आ अगली कबड्डी सुख ने कबड्डी पा दी है खेड मैदान देखते हैं भी कि फरंदेपुर का गोपी घोलिए पिंड का गेला जगतार धनौले जे पूरा लुट लेंदे सी मेला करपाले साध वांग औखे हुंदे रेडले गुट्टो फर थमने अपने हठूर वर्गे मुड़ मुड़ के नहीं जमने हरजीत बराड़ा तेरे घाटे अजे सताउंदे ने कई जफ्फे लाउंदे ने कई रेडां पाउंदे ने जेकर बघेले की टीम फर्स्ट आती है सरदूल कबड्डी खिडारी वालों 2000 रुपया दिता जाएगा समुची टीम को आप धन्यवाद करते हैं सरदूल कबड्डी खिडारी का 2000 रुपया होगा एक पास वेखते हैं भी कबड्डी पाई हुई है एन जदोजहद जा रही है इस वे देखते हैं भी कि इस वे भजन की पूरी कोशिश है तो अपनी टीम के खाते में इस वे एक अंक का वाधा करता है नौजवान नाल ही साडा भाई अमरीक अनाउंस करवाउंदा है नैब जफ्फे लाएगा 100 रुपया होगा हरेक पॉइंट ते इस वेले धन्ने ने कबड्डी पाई है कि रात सुती पई नूं सी आया सुपना सुपने विच ना तू गया किसे कोलों फड़िया ओह धरती पिंड बघेले दी तेरे उत्थे नोटां वाला मीह भरिया एक पासे सिख सरदार वकील है इस वेले कह लईए कि गग्गी दिया पिंडा कोले पिंड जोधिया जाफी का उठना भरिंड जोधिया 500 रुपया आपू खिडारी वकील लई पुछदा करदा है बघेले वाले वकील 500 रुपया पुछदा कर दिया जी अगली गल माइक ते लो अगली कबड्डी नजबण है निका मंगे पिंड दी धरती दा पाउण दे लई वादा होया अगे चार जाफी जिहड़े सलीने दी धरती दे नजबण पिंड डरोली भाई पिंड वाला जफा नहीं ला सकिया पाट जिहड़ा हेलो लाली नू लाली हेलो वकील नू 100 रुपया लगा मिलिया कितने कितने दा ठीक है जी लो अगली कबड्डी नजबण सलीने वाला पाउण दे लई वादा होया नजबण बघेले वाला जेड़ा भी जाफा लावेगा अंबू खिडारी वालों 500 रुपया दिता जाएगा पर जेड़ा सलीने दी टीम दे हिस्से जोड़दा होया अगली कबड्डी नजबण बघेले वाला पाउण दे लई वादा होया बलजीत वालों 500 रुपया होगा जे पॉइंट लैके आएगा लो नजबण कबड्डी पाउण दे लई वादा होया कि दुश्मन नाल पंगा लईए मुड़के ना टले पईए नक विच दम करके रहीए ऐवें कोई नौदा नहीं एक बारी लंघिया वेला मुड़के हथ आउंदा नहीं भोला लौंगो मुकाबला समाप्त है हेलो बड़े भाई दस्यो टीम तो
बघेले की टीम फर्स्ट आ ते सैकड़ जेडी टीम सलीने दी आ एक बड़ी जोरदार तालियां मारदा गिल साढ़े दस ते चार पॉइंटा दे मुकाबले जेडी टीम बघेले की जेतू आ अमरीक वीर आवे 65 किलो भार वर्ग दीआं टीमां अपना नाम प्राप्त कर लैण 65 किलो भार वर्ग ਕਲੂਰ ਵਰਸੀ ਤਲਵੰਡੀ ਭਾਈ ਦੀਆਂ ਟੀਮਾਂ ਤਲਵੰਡੀ ਤੇ ਭਲੂਰ ਦੀ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਆ ਜਾਣ ਤਲਵੰਡੀ ਤੇ ਭਲੂਰ ਦੀ ਟੀਮਾਂ ਨੂੰ ਬੇਨਤੀ ਕਰਦੇ ਆ ਤਲਵੰਡੀ ਤੇ ਭਲੂਰ ਸਟੂਡੀਓ ਵੀ ਪਹੁੰਚੇ ਅੱਜ ਦੇ ਸੇਤ ਤਲਵੰਡੀ ਭਲੂਰ ਦੀ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਉਹ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਕਿਰਪਾ ਕਰਕੇ ਤਲਵੰਡੀ ਤੇ ਭਲੂਰ ਨਾਲ ਹੀ 65 ਕਿਲੋ ਦੀਆਂ ਟੀਮਾਂ ਆਪਣੇ ਨਾਲ ਹੀ 15,000 ਰੁਪਇਆ ਜਿਹੜਾ ਨਿੰਮੇ ਵੀ ਰੈਸਟਰ ਦਿੱਤਾ ਜਾਣਾ ਕਸ਼ਮੀਰ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ ਹਾਂ ਬਾਈ ਕਿੰਨੀ ਪਹੁੰਚੀ ਆ 10,000 ਰੁਪਇਆ ਗੁਰਜਾਨ ਸਿੰਘ ਜੀ ਵੱਲੋਂ ਦਿੱਤਾ ਜਾਣਾ ਹੈ ਹੈਲੋ ਆ ਬਾਈ ਜੀ ਕਿਹੜੀ ਟੀਮ ਪਹੁੰਚੀ ਗਰਾਊਂਡ ਚ ਤਲਵੰਡੀ ਬਾਈ ਜੀ ਭਲੂਰ ਵਾਲਿਆਂ ਨੂੰ ਬੇਨਤੀ ਆ ਜਲਦੀ ਜਲਦੀ ਗਰਾਊਂਡ ਚ ਪਹੁੰਚੋ ਹੈਲੋ ਗੁਰਪ੍ਰੀਤ ਸਟੇਜ ਤੇ ਪਹੁੰਚ ਰਹੀ ਗੁਰਪ੍ਰੀਤ ਸਿੰਘ ਸਿੱਧੂ ਤਲਵੰਡੀ ਤੇ ਭਲੂਰ ਦੀ ਟੀਮਾਂ ਨੂੰ ਬੇਨਤੀ ਕਰਦੇ ਆ ਵੀ ਉਹ ਟੀਮਾਂ ਜਲਦੀ कृपा करके ग्राउंड के आ जाने साडी बेनती है तलवंडी ते भलूर दी टीम नूं मेरी बेनती है तलवंडी दी टीम ग्राउंड च आ गई है भलूर दी टीम का जिहड़ा इंतजार किया जा रहा है खेड दे मैदान दे विच भलूर दी टीम जल्दी आवे हेलो भलूर की टीम नहीं आ रही बेनती है भलूर की टीम जल्दी आवे भाई दो मिनट का समा दो जे नहीं आओ तो देखो फिर रवि लोपोवाला मानुकियावाला की गड्डी कोले पहुंच जावे रवि लोपोवाला मानुकियावाला की गड्डी कोले पहुंच जावे नाल ही भलूर की टीम आ जावे भलूर की टीम नूं बेनती करदे आं भी वह टीम खेड के मैदान के आ जाए रवि लोपोवाला मानुकिया की गड्डी कोले पहुंच जाए तो भलूर की टीम ग्राउंड आ जाए भलूर की टीम हाँ जी 65 किलो का पहला नाम स्वर्गवासी जंगा सिंह के परिवार वालों दिता जाना है दूसरा नाम तरसेम सिंह मैंबर उन्होंने वालों दिता जाना जी साडी बेनती है भलूर की टीम जल्दी आ जाए भलूर की टीम नूं बेनती करते हैं भलूर की टीम जल्दी आ जाए भलूर की टीम नूं बेनती है भलूर की टीम जल्दी आ जाए हजे फाइनल मैच बाद दे विच होना है सेमीफाइनल मैच है अमरीक भीरे एक मिनट फर्स्ट रहने वाली टीम बघेले दी जे फर्स्ट प्राइज स्वर्गवास सरदार जंगा सिंह के परिवार वालों बघेले की जेतू टीम दिता जा रहा है बघेले की समुची टीम अपना नाम ले लवे फर्स्ट प्राइज स्वर्गवास सरदार जंगा सिंह के परिवार वालों 3100 रुपया पुजे नाल ही साढ़े सत्कार योग ने सरदार तरसेम सिंह जी सिद्धू तरसेम सिंह जी सिद्धू हेलो 400 रुपया अलग दिता गया 65 किलो दी विनर